डॉक्टर अमर सिंह आजाद अते होर सेहत माहिरां दे मुताबक सदा तंदुरुस्त रहण दे नुक्ते गुरबाणी सेदत खेती दी गल मसले सारे करेगी हल। संपूर्ण खेती पूरन रोजगार जहर युक्त तो जहर मुक्त बल इक सफर फगवाड़ा गुड ग्रो क्रॉपिंग सिस्टम दे सफल खेती मॉडल दे नाल नाल होर सहायक कितियां तो इलावा समाजिक आर्थिक अते राजनीतिक मसलियां नाल संबंधित जानकारी चाहते हो ता तुसी ताड़ा आपना मनुखता पक्षी यूट्यूब दरबारे खालसा चैनल सब्सक्राइब करो अते शेयर करके प्रचार विच हिस्सा पाओ। वाहेगुरु जी का खालसा वाहेगुरु जी की फतेह। अज असीं दरबारे खालसा टीम आ जिहड़ी कि मास्टर जोगा सिंह जी नर्सरी ते पहुंची आ नेड़े मलेरकोटला। सो पहला तुसीं देखी आ कि जो दवा पौधे ने जिन्हां ने सानूं रोजाना लोड आ जिन्हां दे काढ़े बना के पीते जाते हैं डॉक्टर साहब कहिंदे ने, ते उस तो बाद आ जांदे नाल फ्रूट। जो फ्रूट आ डेली सानूं अपनी खुराक दे शामिल करने चाहीदे आ, ते जदों डाइट प्लान बनाउंदे ने डॉक्टर साहब तो उहदे चों कहिंदे ने कि जिन्ना साडा वजन आ एक किलो मगर आ जिहड़े हैगे आ उह 10 ग्राम जिहड़े हैगे आ उह फल डेली खाने चाहीदे आ सानूं, जो डाइट प्लान बनाई जांदी आ एक किलो मगर जे बंदा क्वांटल वजन आ उहदा जां 80 किलो वजन आ तो 800 ग्राम फ्रूट आ जिहड़े अपने रोजाना खुराक दे विच उहनां नूं शामिल कीते जांदे आ, जे जिन्हां नूं कोई डाइट प्लान बना के दिंदा किसी किसी बीमारी तों। तो मैं मास्टर जोगा सिंह जी नूं बेनती करूँगा कि उह जो इहनां दी नर्सरी दे विच फ्रूट ने उहदे बारे ते फ्रूटां बारे इहनां दी रिसर्च आ किन्ने सानूं काणे खाने चाहीदे आ की इहदे गुण ने ते उह सारी जानकारी देणगे मास्टर जोगा सिंह जी। ਹਾਂਜੀ ਮਾਸਟਰ ਜੀ। ਸੋ ਫਰੂਟ ਨੇ ਜਿਹੜੇ ਇਹ ਕੁਦਰਤ ਨੇ ਸਾਨੂੰ ਬਹੁਤ ਹੀ ਬਿਹਤਰੀਨ ਜਿਹੜੇ ਹੈਗਾ ਤੋਹਫਾ ਦਿੱਤਾ। ਹਾਂਜੀ ਫਰੂਟ ਸਾਡੇ ਖੁਰਾਕ ਦਾ ਇੱਕ ਅਹਿਮ ਹਿੱਸਾ ਨੇ, ਕਿਉਂਕਿ ਜੋ ਚੀਜ਼ ਸਾਨੂੰ ਇਹ ਤੋਂ ਮਿਲਦੀ ਆ ਫਰੂਟਸ ਤੋਂ ਉਹ ਬਾਹਰੋਂ ਨਹੀਂ ਕਿਤੋਂ ਮਿਲਦੀ, ਕਿਉਂਕਿ ਇਹਦੇ ਵਿੱਚ ਕੁਦਰਤੀ ਤੌਰ 'ਤੇ ਵਿਟਾਮਿਨ ਨੇ, ਮਿਨਰਲਸ ਨੇ, ਕਾਰਬੋਹਾਈਡਰੇਟਸ ਨੇ, ਸੋ ਹੋਰ ਖਣਿਜ ਲੂਣ ਹੋ ਗਏ, ਕਈ ਪ੍ਰਕਾਰ ਦੇ ਜਿਹੜੇ ਸੂਖਮ ਚੀਜ਼ਾਂ ਸਾਡੇ ਖੁਰਾਕ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਉਹ ਸਾਨੂੰ ਵੱਖੋ ਵੱਖਰੇ ਜਿਹੜੇ ਨੇ ਫਲਦਾਰ ਬੂਟੇ ਉਹਨਾਂ ਤੋਂ ਪ੍ਰਾਪਤ। ਸੋ ਇਹਨਾਂ ਦਾ ਹੋਰ ਕੋਈ ਬਦਲ ਨਹੀਂ। ਸੋ ਇਸ ਕਰਕੇ ਮੈਂ ਸਾਰੇ ਦਰਸ਼ਕਾਂ ਨੂੰ ਇਹੀ ਅਪੀਲ ਕਰਦਾ ਵੀ ਜਿਹਦੇ ਕੋਲ ਜਿੰਨੀ ਵੀ ਜਗ੍ਹਾ ਹੈਗੀ ਆ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਨੇ ਫਲਦਾਰ ਰੁੱਖ ਨੇ ਜਿਹੜੇ ਉਹ ਲਗਾਓ ਤਾਂ ਕਿ ਅਸੀਂ ਤੰਦਰੁਸਤ ਰਹਿ ਸਕੀਏ, ਇਹਨਾਂ ਨੂੰ ਅਸੀਂ ਆਪਣੀ ਖੁਰਾਕ ਦੇ ਵਿੱਚ ਸ਼ਾਮਿਲ ਕਰ ਸਕੀਏ, ਕਿਉਂਕਿ ਜਦੋਂ ਵੀ ਅਸੀਂ ਆਪਣੇ ਘਰੇ ਪੌਦੇ ਉਗਾਉਂਦੇ ਹਾਂ ਤਾਂ ਉਹਦੇ ਵਿੱਚ ਆਪਾਂ ਨੂੰ ਪਤਾ ਹੁੰਦਾ ਵੀ ਅਸੀਂ ਕੀ ਇਸਤੇਮਾਲ ਕਰ ਰਹੇ ਹਾਂ, ਕਿਹੜੀ ਖਾਦ ਪਾ ਰਹੇ ਹਾਂ, ਕਿਹੜੀ ਦਵਾ ਪਾ ਰਹੇ ਹਾਂ। ਕਿਉਂਕਿ ਆਪਾਂ ਨੂੰ ਪਤਾ ਵੀ ਮਾਰਕੀਟ ਦੇ ਵਿੱਚ ਜੋ ਲੋਕ ਕਮਰਸ਼ੀਅਲ ਨੇ ਬਾਗ ਲਗਾਉਂਦੇ ਨੇ ਉਹਦੇ ਵਿੱਚ ਵੱਧ ਤੋਂ ਵੱਧ ਜ਼ਹਿਰਾਂ ਪਾਉਂਦੇ ਨੇ, ਵੱਧ ਤੋਂ ਵੱਧ ਖਾਦ ਪਾਉਂਦੇ ਨੇ ਤਾਂ ਕਿ ਉਹਨਾਂ ਦੀ ਜਿਹੜੀ ਪੈਦਾਵਾਰ ਉਹ ਵੱਧ ਸਕੇ। ਸੋ ਉਹ ਜਦੋਂ ਮਨੁੱਖ ਖਾਂਦਾ ਤਾਂ ਉਹਦੇ ਸਰੀਰ ਉੱਤੇ ਮਾੜਾ ਪ੍ਰਭਾਵ ਪੈਂਦਾ। ਆਪਾਂ ਦੇਖਦੇ ਹਾਂ ਵੀ ਅੱਜ ਕੱਲ੍ਹ ਕੈਂਸਰ ਦੇ ਬਹੁਤ ਸਾਰੇ ਜਿਹੜੇ ਨੇ ਕੇਸਿਸ ਆ ਰਹੇ ਨੇ, ਉਹਦਾ ਕਾਰਨ ਇਹੀ ਆ ਵੀ ਪੰਜਾਬ ਦੇ ਵਿੱਚ ਜਿਹੜਾ ਹੈਗਾ ਜਿੰਨੀਆਂ ਵੀ ਕੀਟਨਾਸ਼ਕ ਦਵਾਈਆਂ ਨੇ ਉਹਨਾਂ ਦੀ ਹੱਦੋਂ ਵੱਧ ਜਿਹੜੀ ਹੈਗੀ ਆ ਉਹ ਵਰਤੋਂ ਹੋ ਰਹੀ ਆ। ਸੋ ਇਸ ਕਰਕੇ ਜੇ ਆਪਾਂ ਆਪਣੇ ਘਰੇਲੂ ਬਗੀਚੀ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਫਲਦਾਰ ਬੂਟੇ ਲਗਾਵਾਂਗੇ ਤਾਂ ਉਹਦਾ ਇਹੀ ਸਾਨੂੰ ਫਾਇਦਾ ਹੋਊਗਾ ਕਿ ਇੱਕ ਤਾਂ ਫਰੈਸ਼ ਫਰੂਟ ਮਿਲੂਗਾ, ਬਾਕੀ ਆਪਾਂ ਨੂੰ ਪਤਾ ਵੀ ਆਪਾਂ ਇਹਦੇ ਵਿੱਚ ਕੀ ਪਾ ਰਹੇ ਹਾਂ। ਬਿਲਕੁਲ, ਨਾਲੇ ਫਰੂਟ ਆ ਜਿਹੜੇ ਫਲ ਆਪਣੇ ਘਰੇ ਆਪਾਂ ਇਸ ਢੰਗ ਨਾਲ ਲਾ ਸਕਦੇ ਹਾਂ, ਇਸ ਤਰ੍ਹਾਂ ਦੇ ਪੌਦੇ ਲਾਏ ਜਾ ਸਕਦੇ ਆ, ਤੁਹਾਨੂੰ ਦੱਸੇ ਜਾਣਗੇ ਸਾਰੇ ਪੌਦੇ ਕਿ ਸਾਰਾ ਸਾਲ ਹੀ ਤੁਹਾਨੂੰ ਫਲ ਆ ਜਿਹੜੇ ਉਹ ਲਗਾਤਾਰ ਮਿਲਦੇ ਰਹਿਣਗੇ 12 ਦੇ 12 ਮਹੀਨੇ। ਹਾਂਜੀ ਹਾਂਜੀ। ਸੋ ਫਲਾਂ ਨੂੰ ਜਿਹੜਾ ਹੈਗਾ ਦੋ ਹਿੱਸਿਆਂ 'ਚ ਵੰਡਿਆ ਜਾਂਦਾ। ਹਾਂਜੀ, ਇੱਕ ਹੁੰਦੇ ਸਦਾ ਬਹਾਰ ਫਲ, ਇੱਕ ਹੁੰਦੇ ਨੇ ਪਤਝੜੀ ਫਲ। ਹਾਂਜੀ, ਪਤਝੜੀ ਤੋਂ ਭਾਵ ਇਹ ਹੈਗਾ ਵੀ ਜਿਹੜੇ ਹੁਣ ਸਰਦੀਆਂ ਦੇ ਵਿੱਚ ਉਹ ਪੱਤੇ ਝੜ ਜਾਂਦੇ ਨੇ ਤੇ ਜਿਹੜੇ ਪੌਦੇ ਨੇ ਉਹ ਨਿੰਦਰ ਅਵਸਥਾ ਦੇ ਵਿੱਚ ਚਲੇ ਜਾਂਦੇ ਨੇ, ਜਿਹਨੂੰ ਅਸੀਂ ਡੋਰਮੈਂਟ ਪੀਰੀਅਡ ਕਹਿੰਦੇ ਹਾਂ। ਸੋ ਜਿਹੜਾ ਹੁਣ ਸਮਾਂ ਚੱਲ ਰਿਹਾ ਅੱਜ ਕੱਲ੍ਹ, ਸੋ ਇਹ ਜਿਹੜਾ ਹੈਗਾ ਸਦਾ ਬਹਾਰ ਬੂਟੇ ਲਾਉਣ ਦਾ। ਸੋ ਸਦਾ ਬਹਾਰ ਬੂਟਿਆਂ ਦੇ ਵਿੱਚ ਜਿਸ ਤਰ੍ਹਾਂ ਅੰਬ ਹੋ ਗਿਆ, ਅਮਰੂਦ ਹੋ ਗਿਆ, ਜਾਮਣ, ਸੋ ਜਿੰਨੇ ਵੀ ਨਿੰਬੂ ਜਾਤੀ ਦੇ ਬੂਟੇ ਨੇ ਜਿਹਦੇ ਵਿੱਚ ਕਿੰਨੂ, ਮਸੰਮੀ, ਮਾਲਟਾ, ਸੰਤਰਾ, ਨਿੰਬੂ, ਚਕੋਤਰਾ ਆਦਿ ਬੂਟੇ ਨੇ ਇਹ ਲੱਗਦੇ ਨੇ, ਅੰਜੀਰ ਲੱਗਦੀ ਆ, ਅਨਾਰ ਲੱਗਦਾ, ਚੀਕੂ ਲੱਗਦਾ। ਸੋ ਇਹ ਜਿਹੜੇ ਪੌਦੇ ਨੇ ਇਹਨਾਂ ਦਾ ਲਗਾਉਣ ਦਾ ਜਿਹੜਾ ਢੁੱਕਵਾਂ ਸਮਾਂ ਅੱਜ ਕੱਲ੍ਹ ਚੱਲ ਰਿਹਾ। ਸੋ ਮੇਰੇ ਦਰਸ਼ਕਾਂ ਨੂੰ ਅਪੀਲ ਆ ਵੀ ਹੁਣ ਜਿੱਥੋਂ ਵੀ ਤੁਸੀਂ ਪੌਦੇ ਲੈਣੇ ਨੇ ਤਾਂ ਇਹ ਲਾਓ ਤਾਂ ਕਿ ਤੁਸੀਂ ਤੰਦਰੁਸਤ ਰਹਿ ਸਕੋ। ਤੇ ਆਪਾਂ ਥੋੜ੍ਹਾ ਦਿਖਾ ਵੀ ਦੇਗੇ ਜੀ ਬੂਟੇ। ਹਾਂਜੀ ਹਾਂ, ਇਹ ਨਿੰਬੂ ਜੱਤ ਤੋਂ ਸ਼ੁਰੂ ਕਰ ਲਗੇ ਜੀ। ਹਾਂਜੀ ਹਾਂਜੀ, ਆ ਜਾਓ। ਹਾਂਜੀ ਸਵਰਨ ਸਿੰਘ ਜੀ ਦੱਸੋ। ਸੋ ਇਹ ਹੈਗਾ ਜੀ ਨਿੰਬੂ। ਹਾਂਜੀ, ਨਿੰਬੂ ਸਾਡੇ ਜਿਹੜਾ ਖੁਰਾਕ ਦਾ ਇੱਕ ਬਹੁਤ ਹੀ ਮਹੱਤਵਪੂਰਨ
हिस्सा है क्योंकि ये विटामिन सी बहुत मात्रा के होंगे, तो जो कि साढ़े शरीर के लिए बहुत ही लाभकारी आ। सो ये साड़ी खुराक में भी हजम करने के कम आता। सो गर्मियों के नींबू का वो वह इस्तेमाल किया जाता क्योंकि ठंडक पाता साढ़े शरीर गर्मी तो राहत दवा। सो हर घर के जोड़ा है नींबू का पौधा होना बड़ा लाजमी है। सो अच्छा फल जो नवा फल इंट्रोड्यूस होया इनू एवोकाडो कहते हैं या पंजाबी दे विच इनू मक्खण फल कहते हैं। पहला यह फल विदेशों के होंदा सीगा, हुण इह फल साडे पंजाब दे विच भी आम हो लग गया। सो थोड़े साल हाँ फल लगते हैं, किन्ने चिर बाद लगन लग जांदे? ये तकरीबन ये जो पौधा है जी ये कलमी पौधा है जिसे ग्राफ्टड कहते हैं। हाँ जी, दो होंगे ने पौधे किस्म के, एक होंगे बीज तो तैयार होया हो पर यह जो है यह कलम तो तैयार किया गया। तो यह छेती फल चकना तकरीबन साढ़े चार साल के इनू फल लगे हो, जो बीज वाला है वह छे तो सत्त साल का समा लगे। ठीक है, ज़्यादा लंबी वीडियो भी ना हो अगे दसने जाएगी। अनार अनार बारे आप सब जानते हैं। हाँ जी, अनार जोड़ा है जी ये बहुत ही गुणकारी पौधा। आम तौर पर कहावत है जी एक अनार सौ बीमार। हाँ जी, भाव कह भी अनार घट ने बीमार लोग ज्यादा ने। सो जे आप देखिए गुणा से झाती मारीे तो यह विटामिन का बहुत व्डा सोर्स है। ये विटामिन सी हो गया, बी हो गया, के राइबोफ्लोमिन, कैल्शियम, कॉपर, मैगनीशियम, मैंगनीज, फॉस्फोरिक एसिड, ये बहुत सारे ये जोड़े ने खुराकी तत्व ने। सो तुम देखा होगा मार्केट के अनार जोड़ा है काफ़ी महंगा मिलता। सो यदा इस्तेमाल भी जो असी हर रोज़ करिए साडा शरीर जोड़ा है तंदुरुस्त रहा, ये ताकत ही इन्नी आ। सो हर घर के अनार ये लगना जरूरी है। ये गमला बड़ा चाहिए जी, ठीक है, छोटे गमले के कोई भी जो फल का पौधा वो इन्ना वधिया ढंग नाल नहीं चलता क्योंकि इन खुराक वध चाहिए है। ठीक है, सो अगे जो पौधा है ये है आंवला, जिसे असीं पंजाबी दे विच औला कह दिंदे आ। सो ये विटामिन सी का बहुत वड्डा जिहड़ा हैगा एक स्रोत आ। सो कहा जाता भी एक जिहड़ा औला हैगा तीन संतरे जिन्ना इहदे विच विटामिन सी आ। ये फालसा आ गया जी? हाँ, ये फालसा आ गया। फालसा जिहड़ा हैगा ये बड़ी शीतलता दिंदा, इहदा जिहड़ा फ्रूट हैगा वह गर्मियों दे विच हुंदा। ये छोटे छोटे बेरां वांग, छोटे छोटे जिहड़े झाड़ियां दे बेर हुंदे ने उन्हां वर्गा हुंदा। सो ये खाण दे नाल, फूड खाण दे नाल जिहड़ा हैगा मतलब सानू गर्मी तो राहत मिलदी आ। मार्केट दे विच जिहड़ा हैगा फालसे दा शरबत भी मिलदा। ठीक है, सो सानू गर्मी तो बड़ी निजात दवाउंदा। सो ये फल भी जिहड़ा हैगा बहुत गुणकारी आ, बड़ा आसानी नाल हो जांदा, इहनू सानू कोई बड़ी मेहनत करन दी लोड़ नहीं। ठीक है जी, लीची। हाँ जी, लीची बारे आपां जाणदे आ। हाँ जी, लीची भी गुणां दे नाल बहुत भरपूर आ, इहदे बहुत सारे विटामिन ये अपने वधिया हो जांदी आ, आराम नाल हुंदे। लीची दी कोई दिक्कत नहीं, समस्या नहीं है। ठीक है, किन्ने चिर च फल आ जांदा जी? लीची नूं तकरीबन डेढ़ दो साल च फल चक लैंदी आ। ठीक है, हाँ जी, ठीक है। हाँ जी, सो आ गया ये कटहल। हाँ जी, जिहनूं आपां जैकफ्रूट कहिंदे आ। हाँ जी, ये बहुत गुणकारी फल आ। ठीक है, सो इहदी सब्जी भी बणदी आ। इहदे विच भी परमात्मा ने बहुत सारे जिहड़े साडे तत् पाए ने। ठीक है, बहुत ही तत्तां नाल भरपूर आ। सो अपने पंजाबी लोग तो इहनूं घट इस्तेमाल करते हैं, पर इधर MP हो गया, UP हो गया, बिहार हो गया, वो उत्थे लोगों का लोग वध तो वध इस्तेमाल करते हैं। जो कच्चा होंदा तो सब्जी बनती है, जो पक जाता तो इहनूं फ्रूट के तौर पर भी खाधा जा सकता। अंजीर भी एक बहुत गुणकारी जिहड़ा हैगा फल आ। सो हुण पंजाब दे विच अंजीर जिहड़ी हैगी आ काफ़ी मात्रा दे विच होण लग गई, ईवन बठिंडा राजस्थान जिहड़ा हैगा इत्थे बड़े बाग लग रहे ने। इहनूं पाणी दी घट लोड़ पैंदी आ, इह आपणे आम हुण घरां दी लोकां दे लग्गी होई आ, बहुत सारे लोकां मतलब इक जे असीं खा के आए अंजीर, जे मतलब इक बूटा आपां घर दे विच ला लईए तां इहनूं इन्ना फ्रूट लगदा बहुत ज्यादा, इह गुणां नाल बहुत भरपूर, साडे खून नूं वधाउंदा है। हुण बग्गू कोशा नाशपाती पिया। हाँ जी, पर इहदा जिहड़ा लाउण दा समां हुण नहीं हैगा, इह अग्गे जा के लगणा आपणा फरवरी दे विच जां जनवरी एंड दे विच लगणे। ठीक, बग्गू कोशा। हाँ, क्योंकि हुण इहने पत्ते झाड़ जाणे आ। ठीक है,
ਲਖਨਊ ਦੀ ਹੈਗੀ ਤਿਆਰ ਕੀਤੀ ਜਗਾ ਖੁੱਲੀ ਹੋਵੇ ਗੁੱਦਾ ਕੱਢ ਕੇ ਇਹ ਬਿਲਕੁਲ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਸੁੱਕਾ ਵੀ ਮਿਲਦਾ ਇਹਦਾ ਮੁਰੱਬਾ ਵੀ ਪੈਂਦਾ ਮੁਰੱਬਾ ਵੀ ਬਸ ਸਾਰਾ ਸਾਲ ਆਪਾਂ ਜਿਹੜਾ ਇਹਦਾ ਇਸਤੇਮਾਲ ਕਾਫੀ ਮਹਿੰਗੀ ਵਰਾਇਟੀ ਆ ਹਾਂ ਇੱਕ ਮੇਰੇ ਕੋਲ ਬਲੈਕ ਸਟੋਨ ਸੀਗਾ ਬਸ ਉਹਦਾ ਇੱਕ ਬੂਟਾ ਹੀ ਬਚਿਆ ਬਲੈਕ ਸਟੋਨ ਦਾ ਆਮ ਉਹ ਕਹਿੰਦੇ ਆ ਕਿ ਥੋੜਾ ਜਿਹਾ ਇਹਨੂੰ ਪੈਦਾ ਕਰਨਾ ਤਿਆਰ ਕਰਨਾ ਔਖਾ ਥੋੜੀ ਮਿਹਨਤ ਜ਼ਿਆਦਾ ਭਾਲਦਾ ਹਾਂ ਥੋੜਾ ਜਿਹਾ ਆਪਣੇ ਨਾ ਕਲਾਈਮੇਟ ਦਾ ਉਹ ਕਰਕੇ ਆਪਣੇ ਨਾ ਡਰਾਈਨੈਸ ਜ਼ਿਆਦੇ ਆ ਕਿਉਂਕਿ ਥੱਲੇ ਪਾਣੀ ਨਹੀਂ ਹੈ ਠੀਕ ਹੈ ਇਹ ਪਾਣੀ ਜ਼ਿਆਦਾ ਭਾਲਦਾ ਇਹ ਸਿੱਲ ਭਾਲਦਾ ਜ਼ਿਆਦੇ ਇਹਨੂੰ ਇਹ ਥਾਈ ਮੈਂਗੋ ਇਹ ਹੈ ਜੀ ਆ ਸਾਰਾ ਥਾਈ ਮੈਂਗੋ ਹੀ ਹੈ ਜੀ ਆ ਪਿਆ ਜਿਹੜਾ ਠੀਕ ਹੈ ਜੀ ਹਾਂ ਇਹ ਥਾਈ ਮੈਂਗੋ ਜਿਹੜੀ ਬਾਹਰਲੀ ਵਰਾਇਟੀ ਆ ਇਹ ਸਾਲ 'ਚ ਦੋ ਵਾਰ ਲੱਗਦਾ ਇਹਨੂੰ ਆਲ ਟਾਈਮ ਵੀ ਕਹਿ ਦਿੰਦੇ ਠੀਕ ਹੈ ਸੋ ਅੰਬ ਜਿਹੜਾ ਹੈਗਾ ਇਹ ਬਹੁਤ ਹੀ ਇੱਕ ਮਹੱਤਵਪੂਰਨ ਫਲ ਆ ਸੋ ਇਹਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਮੇਰੇ ਕੋਲ ਤਕਰੀਬਨ 15 ਜਿਹੜੀਆਂ ਵੱਖੋ ਵੱਖਰੀਆਂ ਕਿਸਮਾਂ ਅੰਬ ਦੀਆਂ ਅੱਛਾ ਅੰਬਾਂ ਦੀਆਂ 15 ਕਿਸਮਾਂ ਪਈਆਂ ਨੇ ਜਿਹੜੀਆਂ ਕਿ ਜਲਦੀ ਲੱਗਣ ਲੱਗ ਜਾਂਦੇ ਆ ਹਾਂ ਇਹ ਛੋਟੇ ਲੱਗਦਾ ਹੁਣ ਤੁਸੀਂ ਦੇਖਿਆ ਹੋਊਗਾ ਵੀ ਆ ਇਹਨੇ ਫਲ ਚੱਕਿਆ ਹੋਇਆ ਖਾਣ ਚ ਵੀ ਓਨਾ ਹੀ ਮਿੱਠਾ ਹੁੰਦਾ ਬੜਾ ਪਾਪੂਲਰ ਵਰਾਇਟੀ ਹੈ ਜੀ ਥਾਈ ਮੈਂਗੋ ਠੀਕ ਹੈ ਨਵਾਂ ਪਤਾ ਲੱਗਿਆ ਇਸ ਵਰਾਇਟੀ ਬਾਰੇ ਤਾਂ ਦੇਣ ਵੀ ਫਲ ਵੀ ਜਲਦੀ ਆ ਜਾਂਦੇ ਤੁਹਾਡੇ ਹਾਂ ਫਲ ਲੱਗੇ ਇੱਥੇ ਹੁਣ ਸਾਡੇ ਬੇਗੇ ਜੀ ਆਪ ਫਲ ਲੱਗੇ ਹੋਏ ਸੀਗੇ ਉਹਨਾਂ ਨੂੰ ਠੀਕ ਹੈ ਜੀ ਹਾਂ ਸੋ ਇਹ ਵੱਖੋ ਵੱਖਰੀਆਂ ਮੇਰੇ ਕੋਲ ਤਕਰੀਬਨ 15 ਵਰਾਇਟੀਆਂ ਨੇ ਆ ਦੁਸ਼ਹਿਰੀ ਪਿਆ ਅਮਰਪਾਲੀ ਪਿਆ ਤੋਤਾਪੁਰੀ ਪਿਆ ਠੀਕ ਹੈ ਸੋ ਚੌਸਾ ਹੈਗਾ ਲੰਗੜਾ ਹੈਗਾ ਮਲਿਕਾ ਹੈ ਕੇਸਰ ਹੈ ਸਵਰਨ ਰੇਖਾ ਹੈ ਠੀਕ ਸੋ ਬਾਕੀਆਂ ਤੁਹਾਨੂੰ ਮੈਂ ਦੱਸ ਦਿੱਤੀਆਂ ਹਾਂਜੀ ਸੋ ਕਾਲਾ ਪੱਤੀ ਵਰਾਇਟੀ ਹੈ ਜੀ ਹਾਂਜੀ ਹਾਂ ਇਹ ਬਹੁਤ ਹੀ ਵਧੀਆ ਵਰਾਇਟੀ ਆ ਦੇਖੋ ਚੀਕੂ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਤਾਂ ਫਿਰ ਚੀਕੂ ਵੀ ਇਹਨਾਂ ਨੂੰ ਜਲਦੀ ਲੱਗ ਜਾਂਦੇ ਆ ਜੀ ਹਾਂਜੀ ਹਾਂ ਕਿਉਂਕਿ ਸਾਰੀਆਂ ਹੁਣ ਜਿਹੜੀਆਂ ਫਰੂਟ ਵਰਾਇਟੀਜ਼ ਨੇ ਸਾਰੀਆਂ ਕਲਮੀ ਨੇ ਇਹ ਸੋ ਜਿੰਨੇ ਵੀ ਕਲਮੀ ਪੌਦੇ ਨੇ ਇਹ ਛੇਤੀ ਫਰੂਟ ਚੱਕ ਲੈਂਦੇ ਨੇ ਕਿਉਂਕਿ ਇਹਦੀ ਹਾਈਟ ਕਿੰਨੀ ਕੁ ਰਹਿੰਦੀ ਹੈ ਜੀ ਵਧੀਆ ਦਰਖਤ ਬਣਦਾ ਜੀ ਛਾਂ ਵੀ ਬਹੁਤ ਵਧੀਆ ਬਣਦੀ ਆ ਸੰਘਣੀ ਬਣਦੀ ਆ 18 ਫੁੱਟ ਦਾ ਦਰਖਤ ਹੋ ਜਾਂਦਾ ਬੜੀ ਸੰਘਣੀ ਛਾਂ ਬਣਦੀ ਆ ਜੇ ਮੈਨੂੰ ਕੋਈ ਬੰਦਾ ਕਹਿੰਦਾ ਸਾਨੂੰ ਛਾਂਦਾਰ ਬੂਟਾ ਚਾਹੀਦਾ ਮੈਂ ਕਹਿਣਾ ਤੁਸੀਂ ਚੀਕੂ ਲੈ ਜਾਓ ਮਸੰਮੀ ਦੇ ਬੂਟੇ ਨੇ ਜੀ ਮਸੰਮੀ ਜਿਹੜੀ ਹੈਗੀ ਆ ਇਹ ਵੀ ਵਿਟਾਮਿਨ ਸੀ ਦਾ ਰਿਚੈਸ ਸੋਰਸ ਹੈਗੀ ਆ ਸੋ ਇਹਦੇ ਵਿੱਚ ਜਿਹੜਾ ਹੈਗਾ ਕੁਨੀਨ ਹੁੰਦੀ ਆ ਸੋ ਸਾਨੂੰ ਇਹਦਾ ਜਿਹੜਾ ਹੈਗਾ ਇਸਤੇਮਾਲ ਕਰਨਾ ਚਾਹੀਦਾ ਠੀਕ ਹੈ ਇਹ ਵੀ ਆਸਾਨੀ ਨਾਲ ਹਰ ਘਰ ਦੇ ਵਿੱਚ ਹੋ ਸਕਦੇ ਤੁਸੀਂ ਈਵਨ ਗਮਲੇ 'ਚ ਵਿੱਚ ਵੀ ਇਹਨੂੰ ਵੱਡੇ ਗਮਲੇ ਦੇ ਵਿੱਚ ਘੱਟੋ ਘੱਟ 30 ਇੰਚ ਦਾ ਗਮਲਾ ਹੋਵੇ ਉਹ 'ਚ ਆਸਾਨੀ ਨਾਲ ਲਗਾ ਸਕਦੇ ਆਹ ਸਾਡੇ ਕੋਲ ਇੱਕ ਵਰਾਇਟੀ ਹੈਗੀ ਜੀ ਆੜੂ ਦੀ ਅੱਛਾ ਇਹ ਨੈਟਰਾਈਨ ਵਰਾਇਟੀ ਆ ਇਹ ਜੀ ਆਮ ਪਾਪੂਲਰ ਨਹੀਂ ਹੋਈ ਇਹਦਾ ਜਿਹੜਾ ਮਤਲਬ ਕਿ ਫਰੂਟ ਹੈਗਾ ਜਸਟ ਲਾਈਕ ਸੇਬ ਹੁੰਦਾ ਅੱਛਾ ਜੀ ਹਾਂ ਫੋਰਨ ਕੰਟਰੀ ਦੇ ਵਿੱਚ ਤਾਂ ਇਹ ਮਿਲ ਜਾਂਦਾ ਮੈਂ ਕੈਨੇਡਾ ਦੇ ਵਿੱਚ ਇਹਦਾ ਫਰੂਟ ਖਾਧਾ ਆਮ ਆੜੂ ਨਾਲੋਂ ਫਟ ਕੇ ਥੋੜਾ ਜਿਹਾ ਗੋਲਡਨ ਸੇਵ ਆ
ਸੋ ਇਹ ਸਾਡੇ ਮਤਲਬ ਕਿ ਆਸਾਨੀ ਨਾਲ ਹੋ ਜਾਂਦਾ। ਸੋ ਸੋਹਾ ਚਕੋਤਰਾ ਆ ਗਿਆ ਜੀ। ਹਾਂਜੀ, ਚਕੋਤਰਾ ਜਿਹੜਾ ਹੈਗਾ ਕਾਫੀ ਵੱਡਾ ਹੁੰਦਾ ਫਰੂਟ ਇਹਦਾ। ਠੀਕ ਹੈ। ਸੋ ਇਹਦਾ ਜੂਸ ਵੀ ਬਹੁਤ ਗੁਣਕਾਰੀ ਆ। ਠੀਕ ਹੈ। ਇਹ ਕਿੰਨੇ ਚਿਰ ਦੇ ਨੂੰ ਲੱਗਣ ਕਹਿੰਦੇ ਫਲ? ਇਹ ਵੀ ਦੋ ਢਾਈ ਸਾਲ ਦੇ ਬੂਟਾ ਜਿਹੜਾ ਹੋ ਗਿਆ ਉਹਨੂੰ ਫਲ ਆਰਾਮ ਨਾਲ ਲੱਗ ਜਾਂਦਾ ਜੀ। ਠੀਕ ਹੈ। ਇਹ ਨਾਸਪਾਤੀ ਅੱਗੇ ਜੀ? ਹਾਂ, ਇਸ ਤੋਂ ਅੱਗੇ ਜੀ ਸਾਡੇ ਕੋਲ ਅਮਰੂਦ ਆ ਗਏ। ਅੱਛਾ ਜੀ। ਹਾਂ, ਅਮਰੂਦ ਜਿਹੜਾ ਹੈਗਾ ਇਹ ਵੀ ਬਹੁਤ ਗੁਣਕਾਰੀ ਪੌਦਾ। ਸੋ ਇਹ ਜਿਹੜੀ ਵਰਾਇਟੀ ਹੈਗੀ ਜੀ ਇਹ ਹੈਗੀ ਹਸਾਰ ਸਫੇਦ ਦਾ। ਅੱਛਾ ਜੀ। ਹਾਂ, ਇਹ ਬਹੁਤ ਪਾਪੂਲਰ ਵਰਾਇਟੀ ਅੱਜ ਕੱਲ੍ਹ ਦੇਖੋ ਨੂੰ ਫੂਟ ਲੱਗਿਆ ਛੋਟਾ ਜਿਹਾ ਪੌਦਾ। ਠੀਕ। ਇਹ ਬੇਰੀ ਭਾਰਤ ਸੁੰਦਰੀ ਬੇਰੀ ਆ, ਇਹਦਾ ਫਰੂਟ ਜਸਟ ਲਾਈਕ ਐਪਲ ਆ। ਅੱਛਾ, ਉਹ ਜਿਹੜੇ ਵੱਡੇ ਵੱਡੇ ਬੇਰ ਆਉਂਦੇ ਆ ਐਪਲ ਆ ਬੇਰ ਆ ਰਹੇ ਆ। ਲੇਟੈਸਟ ਵਰਾਇਟੀ ਹੈ ਇਹ। ਸੋ ਇਹਦੀ ਫਰੂਟਿੰਗ ਦੇਖੋ ਤੁਸੀਂ, ਬਹੁਤ ਜ਼ਿਆਦਾ ਫਰੂਟ ਹੋ ਰਹੀ ਹੈ। ਠੀਕ। ਅਜੇ ਸਾਲ ਦਾ ਬੂਟਾ ਹੈ ਨਹੀਂ। ਸੋ ਇਹਨੂੰ ਫਲ ਵੀ ਬਹੁਤ ਪੈਂਦਾ। ਵੇਖੋ ਲੇਟੈਸਟ ਵਰਾਇਟੀ, ਬਹੁਤ ਹੀ ਵਧੀਆ ਵਰਾਇਟੀ ਹੈ ਇਹ। ਭਾਰਤ ਸੁੰਦਰੀ ਇਹਦਾ ਨਾਂ ਹੈ। ਆਹ ਮਸੰਮੀ ਹੈਗੀ ਹੈ ਜੀ, ਇਹ ਮਸੰਮੀ ਆਪਣੀ ਹੈਗੀ ਆ ਅੰਦਰਾ ਦੀ, ਰੰਗਪੁਰ ਮਸੰਮੀ ਕਹਿੰਦੇ ਆ ਇਹਨੂੰ। ਇਹਦਾ ਫਰੂਟ ਵੀ ਬਹੁਤ ਸੀਤਾ ਫਲ ਦੇ, ਸਾਰਾ ਸੀਤਾ ਫਲ ਆ। ਅੱਛਾ, ਇਹ ਸੀਤਾ ਫਲ ਦਾ ਪੌਦਾ। ਸੋ ਆਹ ਲੱਗੇ ਹੋਏ ਨੇ, ਆਹ ਲੱਗੇ ਹੋਏ ਜੀ। ਇਹ ਕਿੰਨਾ ਕੁ ਵੱਡਾ ਹੋ ਜਾਂਦਾ ਜੂਟ ਇਹਦਾ? ਇਹਦਾ ਤਕਰੀਬਨ ਅੱਧਾ ਕਿਲੋ ਦਾ ਹੋ ਜਾਂਦਾ ਪੱਕ ਕੇ। ਅੱਛਾ ਜੀ। ਇਹ ਵਿਚਾਰਾ ਇੱਥੋਂ ਦੀ ਸਿਆਸਤ ਨੇ ਬਦਨਾਮ ਕਰਤਾ। ਜਦੋਂ ਮੈਂ ਸੀਤਾਫਲ ਦਾ ਨਾਂ ਲੈਣਾ ਵੀ ਸੀਤਾਫਲ ਦਾ ਹਰੇਕ ਹੱਸ ਪੈਂਦਾ। ਪਹਿਲਾਂ ਮੈਨੂੰ ਪਤਾ ਨਹੀਂ ਸੀਗਾ। ਠੀਕ ਹੈ। ਉਹ ਆਪਾਂ ਨਾਲ ਸੋਸ਼ਲ ਮੀਡੀਆ ਦੇਖਦੇ ਆਪਾਂ ਆਪਣੇ ਕੰਮ ਦੇ ਵਿੱਚ ਮਸ਼ਰੂਫ ਰਹਿੰਦੇ ਹਾਂ। ਫਿਰ ਮੈਨੂੰ ਦੱਸਿਆ ਕਹਿੰਦੇ ਆਹ ਕਾਰਨ ਆ। ਠੀਕ ਹੈ। ਮੈਂ ਸੀਤਾਫਲ ਅਗਲਾ ਨਾ ਵੀ ਨਾ ਆਪਣੇ ਮਤਲਬ ਦਾ ਨਹੀਂ ਹੈ ਇਹ। ਉਹ ਮਹਾ ਭਰਾਵੋ ਇਹ ਮਤਲਬ ਦਾ ਹੀ ਆਪਣੇ ਆ ਇਹ। ਇਹ ਹਾਰਟ ਵਾਸਤੇ ਬਹੁਤ ਵਧੀਆ। ਠੀਕ ਹੈ। ਸੋ ਸਰਕਲਦੀਪ ਸਿੰਘ ਜੀ, ਮੇਰੇ ਕੋਲ ਤਕਰੀਬਨ ਆਲਮੋਸਟ ਹਰ ਪ੍ਰਕਾਰ ਦਾ ਫਲ ਆ। ਕਿੰਨੇ ਕੁ ਵਰਾਇਟੀਆਂ ਲਗਭਗ ਤੁਹਾਡੇ ਕੋਲ ਕਿਸਮਾਂ ਹੋਣਗੀਆਂ? ਪਿੰਡ ਕਿਵੇਂ ਹੈ? ਤਕਰੀਬਨ 40 ਕੁ ਕਿਸਮ ਦੇ ਫਰੂਟ ਮੇਰੇ ਕੋਲ ਹੈਗੇ ਨੇ। ਹੈਗੇ ਨੇ। ਠੀਕ ਹੈ। ਸੋ ਇੱਕ ਆਪਾਂ ਚੀਜ਼ ਮੇਨਟੇਨ ਕੀਤੀ ਹੋਈ ਆ, ਆਪਾਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ। ਠੀਕ ਹੈ ਜੀ। ਸੋ ਬੈਸਟ ਕੁਆਲਿਟੀ ਦੇ ਜਿਹੜੇ ਹੈਗੇ ਨੇ ਮੈਂ ਲੱਭ ਲੱਭ ਕੇ ਫਲ ਜਿਹੜੇ ਲਿਆਉਂਦਾ। ਕਿਉਂਕਿ ਆਪਾਂ ਮਾੜੀ ਚੀਜ਼ਾਂ ਮੇਰਾ ਜਿਹੜਾ ਮੋਟਿਵ ਹੈਗਾ ਉਹ ਪੈਸੇ ਕਮਾਉਣਾ ਨਹੀਂ। ਹਾਂਜੀ। ਆਪਾਂ ਨੇ ਲੋਕਾਂ ਨੂੰ ਸਿਹਤ ਜਾਗਰੂਕ ਕਰਨਾ, ਪੰਜਾਬ ਦੇ ਨੂੰ। ਠੀਕ ਹੈ। ਜਾਗਰੂਕ ਵੀ ਕਰਨਾ, ਸਿਹਤ ਜਾਗਰੂਕ। ਚਲੋ ਪਰਮਾਤਮਾ ਨੇ ਜਿੰਨੇ ਕੁ ਮੈਨੂੰ ਗਿਆਨ ਦਿੱਤਾ ਆਪਾਂ ਉਹਨੂੰ ਕੋਸ਼ਿਸ਼ ਕਰਦੇ ਲੋਕਾਂ 'ਚ ਵੰਡ ਦਈਏ। ਜਿਹੜੇ ਸਾਨੂੰ ਇਹ ਜਦੋਂ ਆਪਾਂ ਕੋਈ ਫਲ ਲੈ ਕੇ ਜਾਂਦਾ ਕੋਈ ਵੀਰ ਆਪਦੇ ਘਰਾਂ ਦੇ ਵਿੱਚ ਲਾਉਂਦਾ ਗਾ ਜਾਂ ਉਹਨੂੰ ਆਸ ਹੁੰਦੀ ਆ ਹਨਾ, ਤੇ ਜੇ ਵਧੀਆ ਕਿਸਮ ਹੋਊਗੀ ਤਾਂ ਉਹ, ਕਿਉਂਕਿ ਮਿਹਨਤ ਤਾਂ ਉਨੀ ਹੋਣੀ ਆ, ਸਵਾਲ ਹੀ ਉਹਨੇ ਲੈਣਾ ਤੇ ਤਿੰਨ ਤਿੰਨ ਚਾਰ ਸਾਲ ਸਾਲ ਉਹ ਬੂਟਾ ਲਾ ਕੇ ਤੇ ਉਸ ਤੋਂ ਬਾਅਦ 'ਚ ਫਲ ਨਾ ਮਿਲੇ ਤਾਂ ਨਿਰਾਸ਼ਾ ਪੱਲੇ ਪੈਂਦੀ ਆ। ਕਿਉਂਕਿ ਲੋਕਾਂ ਨਾਲ ਪਹਿਲਾਂ ਬਣੀਆਂ ਹੋਈਆਂ ਨੇ। ਹਾਂਜੀ ਹਾਂਜੀ। ਕਿਉਂਕਿ ਹਰ ਬੰਦਾ ਜਿਹੜਾ ਹੈਗਾ ਫਰੂਟ ਪਲਾਂਟ ਦੇ ਵਿੱਚ ਗਰੰਟੀ ਭਾਲਦਾ। ਹਾਂਜੀ। ਮੈਂ ਕਹਿੰਦਾ ਵੀ ਭਾਈ ਹੱਥੋਂ ਦੇਖ ਕੇ ਲੈ ਲਓ, ਨਿਸ਼ਚਿੰਤ ਹੋ ਕੇ ਜਾਓ, ਜਿਹੜੀ ਚੀਜ਼ ਕਹਾਂਗੇ ਉਹੀ ਹੋਊਗੀ। ਠੀਕ ਹੈ। ਜੇ ਮੇਰੇ ਕੋਲ ਨਹੀਂ ਹੋਊਗੀ ਮੈਂ ਜਵਾਬ ਦੇ ਦਿੰਦਾ। ਠੀਕ ਹੈ, ਬਹੁਤ ਵਧੀਆ ਜੀ। ਸੋ ਦੋਸਤੋ, ਤੁਸੀਂ ਦੇਖਿਆ ਵੀ ਫਰੂਟ ਆ ਜਿਹੜੇ ਉਹ ਸਾਰੇ ਤੁਸੀਂ ਮਾਸਟਰ ਜੋਗਾ ਸਿੰਘ ਜੀ ਨੂੰ ਇੱਥੇ ਮਿਲ ਕੇ, ਤੇ ਇਹਨਾਂ ਦਾ ਸੰਪਰਕ ਨੰਬਰ ਜੀ ਤੁਹਾਡਾ? ਮੇਰਾ ਸੰਪਰਕ ਨੰਬਰ ਹੈ ਜੀ 98-151-80-280, ਨੇਚਰ ਵਿਊ ਨਰਸਰੀ ਫਾਰਮ, ਧੂਰੀ ਮਲੇਰਕੋਟਲਾ ਰੋਡ, ਪਿੰਡ ਸੰਗਾਲਾ। ਸੋ ਇੱਥੋਂ ਤੁਸੀਂ ਆ ਕੇ ਇਹਨਾਂ ਨੂੰ ਫੋਨ ਕਰ ਸਕਦੇ ਹੋ ਤੇ ਸਾਰੇ ਜਿਹੜੇ ਹੈਗੇ ਆ ਇਹਨਾਂ ਕੋਲੋਂ ਫਰੂਟ ਆ ਜਿਹੜੇ ਆਪਣੇ ਘਰਾਂ ਦੇ ਵਿੱਚ ਬਗੀਚੀ ਦੇ ਵਿੱਚ ਤੁਸੀਂ ਫਲ ਲਾ ਸਕਦੇ ਹੋ, ਆਪਣੇ ਖੇਤ ਦੇ ਵਿੱਚ ਲਾ ਸਕਦੇ ਹੋ, ਕਨਾਲ, ਡੇਢ ਕਨਾਲ, ਦੋ ਕਨਾਲ ਜਿੰਨੇ ਕੁ ਤੁਹਾਡੇ ਹੈਗਾ ਲਾ ਸਕਦੇ ਹੋ, ਜ਼ਰੂਰ ਆਪਣੇ ਫਲ ਆ ਜਿਹੜੇ ਘਰ ਦੇ ਵਾਸਤੇ ਇਹਨੂੰ ਸਾਰਾ ਸਾਲ ਤੁਹਾਨੂੰ ਫਲ ਮਿਲਦੇ ਨੇ, ਉਸ ਤਰ੍ਹਾਂ ਹੀ ਵਿਉਂਤਬੰਦੀ ਤੁਹਾਨੂੰ ਬਣਾ ਕੇ ਉਹ ਬੂਟਿਆਂ ਬਾਰੇ ਦੱਸ ਦੇਣਗੇ, ਸੋ ਲਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।